ਮੈਂ 2019 ਤੋਂ ਬਿਲਕੁਲ ਬੰਦ ਹੈ ਜੀ 2017 ਦੇ ਵਿੱਚ ਮੈਂ ਸ਼ੁਰੂ ਕੀਤਾ ਸੀ ਮੰਨ ਲਓ ਅੱਧਾ ਵਾਹਣਾ ਅੱਗ ਲਾ ਦਿੰਦਾ ਸੀ ਅੱਧਾ ਪਰਾਲੀ ਨਾਲ ਪਾ ਦਿੰਦਾ 2019 ਤੋਂ ਬਾਅਦ ਬਿਲਕੁਲ ਬੰਦ ਹੈ ਜੀ ਫਾਇਦੇ ਕੀ ਹੈ ਕਿਸ ਤਰ੍ਹਾਂ ਦਾ ਫਾਇਦੇ ਜੀ ਇਹਦੇ ਫਾਇਦੇ ਫਾਇਦੇ ਆ ਖਾਦ ਘੱਟ ਪਾਉਣੀ ਪੈਂਦੀ ਹੈ ਵਾਹਣ ਦੀ ਮੰਨ ਲਓ ਜਿਹੜਾ ਵਾਹਣਾ ਤੰਦਰੁਸਤ ਬਣ ਜਾਂਦਾ ਹੈ ਉਹਦਾ ਖਡੋਏ ਪੈਦਾ ਹੁੰਦੇ ਆ ਪਾਣੀ ਜੀਰਨ ਦੀ ਸ਼ਕਤੀ ਵੱਧਦੀ ਹੈ ਤੇ ਯੂਰੀਆ ਦਾ ਖਰਚ ਘਟਦਾ ਹੈ ਤੇ ਝੋਨੇ ਦੇ ਵਿੱਚ ਮੈਂ ਡੀਪੀ ਨਹੀਂ ਪਾਈ 2019 ਤੋਂ ਯੂਰੀਆ ਡੀਪੀ ਮੈਂ ਕਣਕ ਦੇ ਵਿੱਚ ਹੀ ਪਾਉਂਦਾ ਹਾਂ 60 ਕਿਲੋ ਬਸ ਕਿਸਾਨ ਜਿਹੜਾ ਕਹਿੰਦਾ ਕਿ ਮਜਬੂਰੀ ਹੈ ਉਰਾਲੀ ਨੂੰ ਅੱਗੇ ਲਾਉਣਾ ਹਾਂਜੀ ਮਜਬੂਰੀ ਤਾਂ ਵੈਸੇ ਖਰਚ ਵਾਲੀ ਸਾਈਡ ਤੋਂ ਹੈ ਜੀ ਵੀ ਖਰਚ ਵੈਸੇ ਇਹਦੇ ਤੇ ਕੋਈ ਜ਼ਿਆਦਾ ਨਹੀਂ ਹੁੰਦਾਗਾ ਮੇਰਾ 30 ਲੀਟਰ ਡੀਜ਼ਲ ਨਾਲ ਮੇਰੀ ਕਿੱਲੇ ਦੀ ਵਜਾਈ ਹੋ ਜਾਂਦੀ ਹੈ ਤੇ ਥੋੜਾ ਜਿਹਾ ਪੂੰਜੀ ਪੱਖੋਂ ਕਿਸਾਨ ਡਾਉਣਾ ਉਹਦੇ ਕਰਕੇ ਥੋੜਾ ਬਹੁਤਾ ਸਰਕਾਰ ਸਾਰਾ ਲਾਵੇ ਤਾਂ ਕਿਸਾਨ ਕਰ ਸਕਦਾ ਸਭ ਕੁਝ ਤੇ ਬਾਕੀ ਕਈ ਕਿਸਾਨੇ ਉਹ ਜਿਹੇ ਵੀ ਹੈਗੇ ਜਿਨ੍ਹਾਂ ਦੀ ਨੀਤੀ ਅੱਗ ਲਾਉਣੀ ਆ ਵੀ ਅੱਗ ਹੀ ਲਾਉਣਾ ਅੱਗ ਲਾ ਕੇ ਬਾਨ ਤਿਆਰ ਨੁਕਸਾਨ ਹੈ ਹਾਂਜੀ ਨੁਕਸਾਨ ਹੈਗਾ ਕਿਸ ਤਰ੍ਹਾਂ ਵੈਸੇ ਅੱਗ ਦਾ ਪੈਲੀ ਨੂੰ ਵੀ ਨੁਕਸਾਨ ਹੈ ਪੈਲੀ ਆਪਦੀ ਅਕਸਰ ਆਪਾਂ ਪੱਠੇ ਤੋਂ ਇੱਟ ਲਿਉਂਦੇ ਆਂ ਅੱਗ ਨਾਲ ਹੀ ਪੱਕਦੀ ਆ ਉਹ ਤੇ ਹੁਣ ਆਪਣੀ ਪੈਲੀ ਤੇ ਵੀ ਅੱਗ ਲੱਗੂਗੀ ਤਾਂ ਅਕਸਰ ਆਪਣੇ ਹੁਣ ਚੁੱਲ੍ਹੇ ਦੀ ਮਿੱਟੀ 'ਚ ਮੈਨੂੰ ਤੁਸੀਂ ਕੁਝ ਬੀਜ ਕੇ ਵਿਖਾ ਦਿਓ ਨੇ ਉਹ ਗੂਆ ਤੇ ਹੌਲੀ ਹੌਲੀ ਇਹਦੇ ਚ ਵੀ ਉਹੀ ਕੁਝ ਹੋਣਾ ਹੈ ਕਿਸਾਨ ਨੂੰ ਬਦਲ ਲੈਣਾ ਪੈਣਾ ਚਾਹੀਦਾ ਜੀ ਜ਼ਰੂਰੀ ਹੈ ਸਮੇਂ ਦੀ ਲੋੜ ਹੈ ਇਹਦੇ ਚ ਹੁਣ ਮੰਨ ਲਓ ਪਰਾਲੀ ਵਾਹਾਂਗੇ ਲਗਾਤਾਰ 10 ਸਾਲ ਕੋਈ ਵੀ ਫਸਲ ਬੀਜ ਲੋ ਹੋਊਗੀ ਜਿਵੇਂ ਅੱਜ ਅਸੀਂ ਤੇਜਵਿੰਦਰ ਜੀ ਨਾਲ ਮਿਲੇ ਇਹ ਚੰਨਣ ਖੇੜਾ ਦੇ ਰਹਿਣ ਵਾਲੇ ਨੇ ਜਿਵੇਂ ਇਹਨਾਂ ਨੇ ਕਿ ਦੱਸਿਆ ਕੀ ਜੀ ਮਤਲਬ ਜਿਹੜੇ ਪ੍ਰਾਲੀ ਨੂੰ ਹੈ ਵਿੱਚਵਾ ਕੇ ਇਹਦਾ ਚਾਰ ਪੰਜ ਸਾਲਾਂ ਤੋਂ ਇਹਦਾ ਫਾਇਦਾ ਲੈ ਰਿਆ ਹੈ ਤੇ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਵੀ ਸਲਾਹ ਦੇਣਾ ਚਾਹਾਂਗੇ ਕਿ ਜਿਵੇਂ ਤੇਜਵਿੰਦਰ ਜੀ ਪ੍ਰਾਲੀ ਨੂੰ ਵਿੱਚ ਹੀ ਖੇਤ ਦੇ ਮਿਲਾ ਕੇ ਬਿਜਾਈ ਕਰ ਰਹੇ ਹਨ ਕਿ ਇਵੇਂ ਸਾਰੇ ਫਾਰਮਰ ਜਿਹੜੇ ਆ ਕਰਨ ਤਾਂ ਜੋ ਕਿ ਆਪਣੇ ਪੋਲੂਸ਼ਨ ਤੋਂ ਵੀ ਬਚਿਆ ਜਾ ਸਕੇ ਔਰ ਜਿਹੜੀਆਂ ਆਪਾਂ ਖਾਦਾਂ ਬਿਲੋੜੀਆਂ ਖਾਦਾਂ ਜਿਹੜੀਆਂ ਯੂਜ਼ ਕਰਦੇ ਆ ਉਸ ਤੋਂ ਵੀ ਬਚਿਆ ਜਾ ਸਕੇ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਨਾਲ ਬਣਦੀ ਪੰਜਾਬ ਸਰਕਾਰ ਵੱਲੋਂ ਜੀ ਇਹਨਾਂ ਨੂੰ ਜਿਹੜੇ ਐ ਪ੍ਰਾਲੀ ਨੂੰ ਵਿੱਚ ਵਾਣ ਵਾਲੇ ਸੰਦ ਨੇ ਉਹਨਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ 50% ਆ ਜਿਹੜੇ ਕਿਸਾਨ ਗਰੁੱਪ ਬਣਾ ਕੇ 9 ਮੈਂਬਰ ਦਾ ਉਹਵੇਂ ਵੀ ਇਹ ਮਤਲਬ 80% ਤੱਕ ਸਬਸਿਡੀ ਲੈ ਰਹੇ ਆ ਕਿਸਾਨ ਮਤਲਬ ਇਦਾਂ ਕਰਕੇ ਫਾਇਦਾ ਹੈ ਹਾਂਜੀ ਹਾਂਜੀ ਬਹੁਤ ਫਾਇਦਾ ਹੈ ਜਿਵੇਂ ਕਿ ਤੇਜਵਿੰਦਰ ਜੀ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਜਿਹੜੀ ਖਾਦ ਵੀ ਘੱਟ ਯੂਜ਼ ਕਰ ਰਹੇ ਆ ਔਰ ਪੋਲੂਸ਼ਨ ਤੋਂ ਵੀ ਬਚਿਆ ਜਾ ਸਕਦਾ ਹੈ ਪਰਾਲੀ ਨੂੰ ਵਿੱਚ ਹੀ ਦਬਾ ਕੇ ਮਹਿਕਮਾ ਜਿਹੜਾ ਹੈਗਾ ਜਾ ਰਿਹਾ ਕਿਸਾਨਾਂ ਨੂੰ ਹਾਂਜੀ ਹਾਂਜੀ ਪੂਰਾ ਅਸੀਂ ਸਹਿਯੋਗ ਕਰ ਰਹੇ ਹਾਂ ਜਿੰਨਾ ਸਾਡੇ ਤੋਂ ਹੋ ਰਿਹਾ ਹੈ ਜਿੰਨਾ ਸਾਨੂੰ ਪੰਜਾਬ ਸਰਕਾਰ ਵੱਲੋਂ ਜਿੰਨੀਆਂ ਸੁਵਿਧਾਵਾਂ ਕਿਸਾਨਾਂ ਲਈ ਆ ਰਹੀਆਂ ਔਨੀਆਂ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਮਤਲਬ ਇਹਨਾਂ ਦਾ ਵੱਧ ਤੋਂ ਵੱਧ ਯੂਜ਼ ਕਰਕੇ ਤੇ ਜਿਹੜੇ ਕਿਸਾਨ ਹੈ ਪਰਾਲੀ ਦਾ ਵਿੱਚ ਵਾ ਕੇ ਪ੍ਰਬੰਧ ਕਰ ਸਕਦੇ ਆ ਇਹ ਜੀ ਫਾਇਦੇ ਤਾਂ ਬਹੁਤ ਨੇ ਜੀ ਕਿਉਂਕਿ ਜਿਹੜੇ ਆਪਾਂ ਸਾਰਾ ਕੁਝ ਪਾਉਣੇ ਆ ਮਟੀਰੀਅਲ ਜਿੰਨਾ ਵੀ ਖਰਾਕੀ ਤੱਤ ਨੇ ਜਿਹੜੇ ਉਹ ਆਪਾਂ ਜੇ ਮੰਨ ਲਓ ਗਠਾਂ ਚ ਕਾ ਕੇ ਬਾਹਰ ਕੱਢਨੇ ਆ ਤਾਂ ਸਾਰੇ ਬਾਹਰ ਜਾਂਦੇ ਨੇ ਹੂੰ ਉਹਦਾ ਆਪਾਂ ਨੂੰ ਕੀ ਫਾਇਦਾ ਹੈ ਜ਼ਿੰਮੇਦਾਰ ਦੀ ਮਜਬੂਰੀ ਹੈ ਵੀ ਉਹ ਹੋਂਦਾ ਹੱਲ ਨਹੀਂ ਚਕਾਉਣੀ ਪੈਂਦੀ ਪਰ ਇਸ ਚੀਜ਼ ਦਾ ਕੋਈ ਜ਼ਿੰਮੇਦਾਰ ਨੂੰ ਲਾਭ ਨਹੀਂ ਉਹ ਤਾਂ ਬਾਸ ਅਗਲੀ ਫਸਲ ਬੀਜਣ ਦੀ ਮਜਬੂਰੀ ਹੁੰਦੀ ਹੈ ਇਸ ਲਈ ਅੱਗ ਲਾਉਣੀ ਪੈਂਦੀ ਹੈ ਇਸ ਲਈ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਜਾਂ ਐਨਜੀਟੀ ਨੇ ਜਿਹੜੀਆਂ ਸ਼ਿਫਾਰਸ਼ਾਂ ਨੇ ਉਹਦੇ ਅਕੋਰਡਿੰਗ ਕਿਸਾਨ ਨੂੰ 2500 ਰੁਪਇਆ ਦੇ ਨਾਲ ਹੈਵੀ ਮਸ਼ੀਨਰੀ ਜਿਵੇਂ ਆ ਵਿਖਾ ਦਿਓ ਸਾਰੀ ਇਹਨਾਂ ਨੂੰ ਵੀ ਉਹ ਪ੍ਰੋਵਾਈਡ ਕਰਾਈ ਜਾਵੇ ਤੇ ਜ਼ਿੰਮੇਦਾਰ ਨੂੰ ਲੋਡ ਹੀ ਨਾ ਪਵੇ ਅਸੀਂ ਕਿਸਾਨ ਮੇਲਿਆਂ ਦੇ ਜਾਂਦੇ ਆ ਇਹ ਕੋਈ ਸਿੱਖੇ ਆਉਣੇ ਆ ਪਰ ਕੀ ਗੱਲ ਹੈ ਵੀ ਫਾਈਨੈਂਸ਼ਲੀ ਸਿਸਟਮ ਕਮਜ਼ੋਰ ਹੋਣ ਕਰਕੇ ਕਿਸਾਨਾਂ ਦਾ ਰੇਗ ਬੰਦ ਆਈਡੀ ਮਸ਼ੀਨਰੀ ਨਹੀਂ ਲੈ ਸਕਦਾ ਉਹ ਸਰਕਾਰੀ ਸੁਸਾਇਟੀਆਂ ਜਿਹੜੀਆਂ ਸਰਕਾਰੀ ਸੁਭਾਵਾਂ ਨੇ ਪਿੰਡਾਂ ਦੀਆਂ ਉਹਨਾਂ ਤੋਂ ਜਾਂ ਪੰਚਾਇਤਾਂ ਨੂੰ ਵੀ ਅਖਤਿਆਰ ਦਿੱਤੇ ਜਾਣ ਉਹ ਪ੍ਰੋਵਾਈਡ ਕਰਵਾਉਣ ਹੁਣ ਸਰਕਾਰ ਕੀ ਕਰਦੀ ਸਰਪੰਚਾਂ ਨੂੰ ਸਸਪੈਂਡ ਕਰਦੀ ਐ ਸੈਕਟਰੀਆਂ ਨੂੰ ਸਸਪੈਂਡ ਕਰਦੀ ਐ ਉਹਨਾਂ ਨੂੰ ਸਸਪੈਂਡ ਕਰਨ ਦੀ ਬਜਾਏ ਉਹਨਾਂ ਨੂੰ ਪੈਸੇ ਦੇਣ ਕਿ ਉਹ ਇੱਕ ਸੁਸਾਇਟੀ ਤਰ੍ਹਾਂ ਕੰਮ ਕਰਕੇ ਜਿਹਨਾਂ ਵੀ ਸੰਧ ਨੇ ਉਹ ਦੇਣ ਤੇ ਨਾਲ ਜਿਹੜਾ ਕੋਈ 2500 ਰੁਪਇਆ 24-2500 ਬੰਦਾ ਡੀਜ਼ਲ ਦਾ ਜ਼ਿੰਮੇਵਾਰ ਨੂੰ ਦੇਣ ਵੱਡੇ ਪੱਦਰ ਤੇ ਦੇਣ ਉਹਨੇ ਤਿੰਨ ਚਾਰਾਂ ਟਰੈਕਟਰਾਂ ਨਾਲ ਤਾਂ ਇੱਕ ਪਿੰਡ ਦੇ ਵਿੱਚ ਸਰਨਾ ਨਹੀਂ ਇਸ ਲਈ तकरीबन ਇਕਾਈ ਮੰਨ ਕੇ 100 ਏਕੜ ਨੂੰ ਉਹਦੇ ਹਿਸਾਬ ਤੇ ਜਿਹੜੇ ਹੈਵੀ ਮਸ਼ੀਨਰੀ ਉਹ ਦਿੱਤੀ ਜਾਵੇ ਤੇ ਨਾਲ ਜਿਹੜੀ ਫਾਈਨੈਂਸ਼ੀਅਲੀ ਸਹਾਇਤਾ ਜਿਹੜੀ ਐਨਜੀਟੀ ਦੀਆਂ ਜਿਹੜੀਆਂ ਸ਼ਿਫਾਰਿਸ਼ਾਂ ਨੇ ਉਹਦੇ ਆਧਾਰ ਤੇ ਦੇਣ ਤੇ ਜ਼ਿੰਮੇਦਾਰਾਪੇ ਕੁਛ ਨਾ ਕੁਛ ਕਰੇ ਫਿਰ ਪਰਾਲੀ ਨੂੰ ਅੱਗ ਨਹੀਂ ਲਾਊਗਾ ਨਾ ਜੀ ਫਿਰ ਕਿਉਂ ਲਾਊਗਾ ਜੀ ਉਹ ਤਾਂ ਮਜਬੂਰੀ ਹੋ ਜਾਂਦੀ ਏ ਵੀ ਸੰਦ ਨਹੀਂ ਹੁੰਦੇ ਵੀ ਉਹ ਤਾਂ ਕਰਕੇ ਫਿਰ ਅੱਗੋਂ ਬਜਾਈ ਲੇਟ ਹੁੰਦੀ ਏ ਹੁਣ ਹਰੇਕ ਬੰਦੇ ਨੇ ਬੈਂਕ ਦੀਆਂ ਕਿਸ਼ਤਾਂ ਵੀ ਭਰਨੀਆਂ ਨੇ ਜੇ ਬੈਂਕ 'ਚ ਡਿਫਾਲਟ ਹੋਏਗਾ ਮੰਨ ਲਓ ਫਸਲ ਨਾ ਬੀਜੇਗਾ ਤੇ ਕੀ ਕਰੇਗਾ ਹੁਣ ਮੰਨ ਲਓ ਪਰਚੇ ਕਰੀ ਜਾਂਦੀ ਹੈ ਗਵਰਨਮੈਂਟ ਵੀ ਡੰਡਾ ਦਿੱਤਾ ਹੈ ਜੀ ਜ਼ਿੰਮੇਵਾਰ ਪ੍ਰਦੂਸ਼ਣ ਕਰੀ ਜਾਂਦਾ ਹੁਣ ਇੱਥੋਂ ਚੁਕਾ ਕੇ ਗੱਠਾ ਉਹ ਗੱਦਾਮਾਰ ਵਾਲੀ ਫੈਕਟਰੀ ਦੇ ਵਿੱਚ ਸਾਰਾ ਸਾਲ ਉੱਥੇ ਵੀ ਤਾਂ ਸੜਦੀ ਏ ਠੀਕ ਹੈ ਜੀ ਪਰ ਸੜ ਨਹੀਂ ਚੜਨੀ ਸੜਨੀ ਚਾਹੀਦੀ ਉੱਥੇ ਵੀ ਨਹੀਂ ਸੜਨੀ ਚਾਹੀਦੀ ਖੇਤ 'ਚ ਵੀ ਨਹੀਂ ਸੜਨੀ ਚਾਹੀਦੀ ਪਰ ਮਜਬੂਰੀ ਏ ਮਜਬੂਰੀ ਨਾ ਹੋਵੇ ਤਾਂ ਫਿਰ ਸਾਰੀ ਮਸਲੇ ਦਾ ਹੱਲ ਏ ਜੀ